ਪਰਮੇਸ਼ੁਰ ਨੇ ਇਸ ਪਰਿਵਾਰ ਨੂੰ ਚੁਣਿਆ। ਪੈਨ ਕਲਾਸ 2012 ਦੇ ਵਿੱਚ ਚਰਚ ਵਿੱਚ ਆਏ ਔਰ ਜਦ ਚਰਚ ਪਹੁੰਚੇ ਇੱਕ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਆਏ। ਪ੍ਰਭੂ ਦਾ ਸ਼ੁਕਰ ਹੈ ਕਿ ਪਰਮੇਸ਼ੁਰ ਨੇ ਇਹਨਾਂ ਨੂੰ ਬਰਕਤ ਦਿੱਤੀ, ਤੰਦਰੁਸਤ ਦਿੱਤੀ। ਉਸ ਤੋਂ ਬਾਅਦ ਬੇਟੇ ਦੀ ਸ਼ਾਦੀ ਹੋਈ, ਉਹਦੇ ਸ਼ੁਕਰ ਗੁਜ਼ਾਰ ਆ। ਕੁਛ ਸਮੇਂ ਬਾਅਦ ਬੇਟੀ ਦੇ ਅੰਦਰ ਇੱਕ ਬੜੀ ਇੱਛਾ ਸੀ ਕਿ ਮੈਂ ਜੌਬ ਲੱਗਣਾ। ਵਫ਼ਾਦਾਰੀ ਨਾਲ ਚੱਲਦੇ ਆ ਪ੍ਰਭੂ ਦੇ ਵਿੱਚ। ਜੌਬ ਮਿਲੀ, ਬੇਟੀ ਮਿਲੀ, ਔਰ ਖੁਦਾ ਦਾ ਸ਼ੁਕਰ ਹੈ ਕਿ 7 ਸਾਲਾਂ ਬਾਅਦ ਭੈਣ ਜੀ ਨੇ ਅੰਦਰ ਆਉਣਾ ਔਰ ਪ੍ਰਾਰਥਨਾ ਕਰਵਾਉਣੀ। ਪ੍ਰਭੂ ਦਾ ਸ਼ੁਕਰ ਹੈ ਬੇਟਾ ਮਿਲਿਆ, ਜਿਹੜੇ ਅੱਜ ਪ੍ਰਭੂ ਦੀ ਹਜ਼ੂਰੀ 'ਚ ਤੁਹਾਡੇ ਸਾਹਮਣੇ ਖੜ੍ਹਾ ਹੈ। ਵਿਸ਼ਵਾਸ ਕਰਨ ਵਾਲਿਆਂ ਨੇ ਸਭ ਕੁਛ ਹੁੰਦਾ, ਇਹ ਉਹਦੀ ਦਇਆ ਆ, ਇਹ ਖੁਦਾਵੰਦ ਯਿਸੂ ਮਸੀਹ ਦੀ ਕਿਰਪਾ ਆ। ਔਰ ਬੇਟਾ ਰਜਿੰਦਰ ਬਹੁਤ ਸਾਰੀਆਂ ਪਰੇਸ਼ਾਨੀਆਂ ਦੇ ਵਿੱਚ ਸੀ, ਪ੍ਰਭੂ ਨੇ ਤੰਦਰੁਸਤੀ ਬਖਸ਼ੀ, ਅੱਜ ਡਾਕਟਰੀ ਕਰ ਰਹੇ ਨੇ। ਘੁਬਾਏ ਘੁਬਾਏ ਪਰਮੇਸ਼ੁਰ ਨੇ ਆਪਣਾ ਹੱਥ ਦੇ ਕੇ ਰੱਖਿਆ ਔਰ ਪ੍ਰਭੂ ਦੇ ਵਿੱਚ ਵੀ ਚੱਲ ਰਹੇ ਹੈ। ਪ੍ਰਭੂ ਦਾ ਧੰਨਵਾਦ ਹੋਵੇ। ਗੋਡ ਬਲੈਸ ਯੂ, ਪ੍ਰਭੂ ਆਸ਼ੀਸ਼ ਦੇ। ਬੋਲੋ ਹਾਲੇਲੂਯਾ।